पंजाब इंडिया के राष्ट्रीय अध्यक्ष डॉक्टर जसवंत सिंह खेरा और पंजाब के चेयरमैन वेद चंद मंडूर के नेतृत्व में नाभा के मानव अधिकार मंच में सिविल अस्पताल नाभा के डॉक्टरों और सामाजिक कार्यकर्ताओं को सम्मानित किया गया। इस अवसर पर संगठन द्वारा कुछ नई नियुक्तियां भी की गई, जिसमें तरुण कुमार मेहता को टीम द्वारा ब्लॉक अध्यक्ष और सुनीता रानी को महिला विंग का अध्यक्ष नियुक्त किया गया। उन्हें पहचान पत्र और नियुक्ति पत्र देकर सम्मानित किया गया। इस अवसर पर चिकित्सकों ने मानव अधिकार मंच की टीम को धन्यवाद दिया। डॉक्टर खेरा और वेद चंद मंडूर ने इस अवसर पर बोलते हुए कहा कि आज नाभा में हमारी टीम ने डॉक्टरों और सामाजिक कार्यकर्ताओं के उनकी कोरोना काल के समय की सेवाओं के लिए सम्मानित किया है। उन्होंने कहा कि डॉक्टर भगवान के अन्य रूप हैं। उन्होंने कहा कि मोदी सरकार को जल्द से जल्द काले कृषि बिलों को वापस लेना चाहिए। जनसेतु के लिए नाभा से जतेंद्र आहूजा की रिपोर्ट। डॉक्टर जसवंत सिंह खेड़ा, नैशनल प्रेजिडेंट ह्यूमन राइट्स मंच, अज जिला पटियाला दे ब्लॉक नाभा विखे सिविल होस्पिटल दे विच एक सन्मान समारोह आयोजित किया गया, जिस दे विच सिविल होस्पिटल दे SMO डॉक्टर दलवीर कौर ते इन्हां दा स्टाफ, कुछ समाज सेवक, उन्हां नूं अज मनुखी अधिकार मंच वल्लों COVID-19 का सर्टिफिकेट अते एक मैडल दे के उन्हां दा सन्मानित किया गया। सन्मान देण तों बाद मनुखी अधिकार मंच वल्लों समूह देशवासियों नूं बेनती की गई कि समाज सेवा दे विच अगे आ के समाज दे अंदर फैलियां समाजिक बुराइयां समाजिक कुरीतियां उन्हां नूं ठल पाउण लई समाज सेवकां दा साथ दो, ਤਾਂ ਜੋ ਆਪਾਂ ਆਪਣੇ ਇਸ ਵਿਗੜਦੇ ਹਾਲਾਤਾਂ ਨੂੰ ਵਧੀਆ ਬਣਾ ਸਕੀਏ। ਮਨੁੱਖੀ ਅਧਿਕਾਰ ਮੰਚ ਹਮੇਸ਼ਾ ਚਾਹੁੰਦਾ ਹੈ ਕਿ ਸਾਡਾ ਸਮਾਜ ਸਾਡਾ ਦੇਸ਼ ਵਧੀਆ ਤਰੀਕੇ ਨਾਲ ਅੱਗੇ ਵੱਧਦਾ ਰਹੇ, ਪਰ ਅੱਜ ਮੈਂ ਮਨੁੱਖੀ ਅਧਿਕਾਰ ਮੰਚ ਦੇ ਮਾਧਿਅਮ ਤੋਂ ਬੋਲਣਾ ਚਾਹਾਂਗਾ ਕਿ ਸਾਡੇ ਕੇਂਦਰ ਸਰਕਾਰ ਨੇ ਜੋ ਅੱਜ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਆ ਉਸ ਦੇ ਵਿੱਚ ਚੁੱਪੀ ਸਾਧੀ ਹੋਈ ਆ, ਉਹ ਆਪਣੀ ਚੁੱਪੀ ਨੂੰ ਤੋੜ ਕੇ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਕਾਲੇ ਤਿੰਨੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲੈ ਕੇ ਸਾਡੇ ਸਮਾਜ ਦੇ ਅੰਦਰ ਜੋ ਅੱਜ ਖਿੱਚੋ ਤਾਣੀ ਹੋ ਰਹੀ ਆ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ। ਜੈ ਹਿੰਦ। ਚੇਅਰਮੈਨ ਹਿਊਮਨ ਰਾਈਟਸ ਪੰਜਾਬ, ਅੱਜ ਅਸੀਂ ਨਾਭਾ ਵਿਖੇ ਸਾਡੀ ਸਮੁੱਚੀ ਟੀਮ, ਸਾਡੇ ਕੌਮੀ ਪ੍ਰਧਾਨ ਜਸਵੰਤ ਸਿੰਘ ਜੀ ਖੇੜਾ ਔਰ ਉਹਨਾਂ ਦੇ ਨਾਲ ਸੁਨੀਤਾ ਮੈਡਮ ਔਰ ਸਾਡੀ ਸਾਰੀ ਟੀਮ ਤਰਨ ਜੀ ਅੱਜ ਪਹੁੰਚੇ ਹਾਂ। ਅੱਜ ਸਭ ਤੋਂ ਪਹਿਲਾਂ ਅਸੀਂ ਇੱਥੇ ਦੇ SMO ਸਾਹਿਬ ਮੈਡਮ ਦਲਵੀਰ ਕੌਰ ਜੀ ਦਾ ਸਨਮਾਨ ਕੀਤਾ। ਇਹ ਸਨਮਾਨ ਕਰਦਾ ਸਾਡਾ ਮੁੱਖ ਕਾਰਨ ਹੈ ਕਿ ਜੋ ਵੀ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਵਧੀਆ ਡਾਕਟਰ ਜਾਂ ਵਧੀਆ ਸ਼ਹਿਰ ਦੇ ਪਤਵੰਤੇ ਜੋ ਵੀ ਚੰਗੇ ਕੰਮ ਕਰਦੇ ਨੇ ਉਹਨਾਂ ਦਾ ਸਨਮਾਨ ਕਰਨ ਵਾਸਤੇ ਸਾਡੀ ਟੀਮ ਪਹੁੰਚਦੀ ਹੈ। ਡਾਕਟਰ ਰੱਬ ਦਾ ਦੂਜਾ ਰੂਪ ਨੇ ਔਰ ਇਹਨਾਂ ਦੀ ਜੋ ਮੈਡਮ ਦੀ ਸੇਵਾ ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਹਾਂਜੀ। ਅੱਜ ਮਨੁੱਖੀ ਅਧਿਕਾਰ ਮੰਚ ਦੇ ਪ੍ਰੈਜ਼ੀਡੈਂਟ ਅਤੇ ਉਹਨਾਂ ਦੀ ਸਾਰੀ ਟੀਮ ਨੇ ਆ ਕੇ ਕਰੋਨਾ ਵਾਰੀਅਰ ਦੇ ਵਿੱਚ ਜਿਹੜੇ ਸੀਗੇ ਉਹਨਾਂ ਦਾ ਉਹਨਾਂ ਨੇ ਸਨਮਾਨ ਸਾਰਿਆਂ ਨੂੰ ਸਨਮਾਨ ਕੀਤਾ ਹੈ ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਤਰ੍ਹਾਂ ਸਾਰਿਆਂ ਨੂੰ ਸਨਮਾਨ ਕਰਨ ਦੇ ਨਾਲ ਸਾਰਿਆਂ ਦਾ ਹੌਸਲਾ ਅਫਜਾਈ ਹੁੰਦੀ ਹੈ ਤਾਂ ਕਿ ਉਹ ਸਾਰੇ ਅੱਛੀ ਤਰ੍ਹਾਂ ਹੋਰ ਵੀ ਕੰਮ ਕਰਨਗੇ ਇਹ। ਅਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਅੱਗੇ ਅਪੀਲ ਵੀ ਕਰਦੀ ਹਾਂ ਕਿ ਕਰੋਨਾ ਜਿਹੜੀ ਹੈਗੀ ਆ ਕਰੋਨਾ ਨਾਮ ਦੀ ਬਿਮਾਰੀ ਤੋਂ ਬਚਣ ਵਾਸਤੇ ਸਾਰੇ ਹੀ ਆਪਣਾ ਮਾਸਕ ਵੀ ਜ਼ਰੂਰ ਪਾ ਕੇ ਰੱਖਣ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਅਤੇ ਆਪਣੇ ਹੱਥ ਵੀ ਵਾਰ ਵਾਰ ਧੋਣ ਜਾਂ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇ ਤਾਂ ਕੋ ਜਿਹੜੀ ਹੈ ਤਾਂ ਜੋ ਆਪਾਂ ਇਸ ਬਿਮਾਰੀ ਤੋਂ ਅੱਗੇ ਤੋਂ ਇਸ ਨੂੰ ਬਚ ਸਕੀਏ ਇਸ ਬਿਮਾਰੀ ਤੋਂ।